ਮੁੱਖ ਮੰਤਰੀ ਮਾਨ ਨੇ ਅਫਸਰਾਂ ਦੇ ਦੌਰਿਆਂ ਸੰਬੰਧੀ ਵਿਭਾਗਾਂ ਤੋਂ ਰਿਪੋਰਟ ਮੰਗੀ ਹੈ। ਜ਼ਿਲ੍ਹਿਆਂ ਦੇ ਵਿੱਚ ਅਫਸਰਾਂ ਦੇ ਦੌਰਿਆਂ ਦੀ ਰਿਪੋਰਟ ਮੰਗੀ ਗਈ ਹੈ। ਲੋਕਾਂ ਕੋਲ ਪਹੁੰਚ ਕੇ ਮੁਸ਼ਕਲਾਂ ਜਾਣਨ ਦਾ ਸੀਐਮ ਨੇ ਵੇਰਵਾ ਜੋ ਹੈ ਉਹ ਅਫਸਰਾਂ ਦੇ ਕੋਲੋਂ ਮੰਗਿਆ ਹੈ। ਨਿਰਦੇਸ਼ ਦੇਣ ਦੇ ਬਾਵਜੂਦ ਅਫਸਰਾਂ ਦੇ ਵੱਲੋਂ ਦੌਰੇ ਜੋ ਹੈ ਉਹ ਨਹੀਂ ਕੀਤੇ ਗਏ ਤਾਂ ਪਿੰਡਾਂ ਤੋਂ ਸਰਕਾਰ ਚਲਾਉਣ ਦਾ ਸੀਐਮ ਨੇ ਐਲਾਨ ਕੀਤਾ ਸੀ جس ਤੋਂ ਬਾਅਦ ਹੁਣ ਸੀਐਮ ਦੇ ਵੱਲੋਂ ਅਫਸਰਾਂ ਕੋਲੋਂ ਰਿਪੋਰਟ ਮੰਗੀ ਗਈ ਹੈ ਪੂਰਾ ਵੇਰਵਾ ਮੰਗਿਆ ਗਿਆ ਹੈ ਕਿ ਕਿਸ-ਕਿਸ ਜ਼ਿਲ੍ਹੇ ਦੇ ਵਿੱਚ ਜਾ ਕੇ ਅਫਸਰਾਂ ਨੇ ਦੌਰਾ ਕੀਤਾ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਸਭ ਗੱਲਾਂ ਬਾਰੇ ਵੇਰਵਾ ਜੋ ਹੈ ਉਹ ਸੀਐਮ ਮਾਨ ਨੇ ਅਫਸਰਾਂ ਤੋਂ ਮੰਗਿਆ ਹੈ ਇਸ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਅਨਮੋਲ ਗੁਲਾਟੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਨਮੋਲ ਕਿੰਨਾ ਕਿੰਨਾ ਗੱਲਾਂ ਦਾ ਵੇਰਵਾ ਜੋ ਹੈ ਉਹ ਸੀਐਮ ਮਾਨ ਨੇ ਅਫਸਰਾ ਤੋਂ ਮੰਗਿਆ ਜੇ ਬਿਲਕੁਲ ਦੇਖੋ ਜਦੋਂ ਸਰਕਾਰ ਬਣੀ ਸੀਗੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਰਾਵਲਾ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਚੰਡੀਗੜ੍ਹ ਤੋਂ ਨਹੀਂ ਚਲੇਗੀ ਬਲਕਿ ਪਿੰਡਾਂ ਵਿੱਚੋਂ ਚੱਲੇਗੀ ਪਿੰਡਾਂ ਤੋਂ ਜਿਹੜੀ ਇਹ ਸਰਕਾਰ ਹੈ ਉਸ ਨੂੰ ਕੰਟਰੋਲ ਕੀਤਾ ਜਾਊਗਾ ਜਾਨਕਿ ਜਿਹੜੇ ਲੋਕ ਨੇ ਪਿੰਡਾਂ ਦੇ ਉਹਨਾਂ ਦੇ ਕੋਲ तमाम ਅਫਸਰ ਜਿਹੜੇ ਕਿਹੋਂ ਪਹੁੰਚਣ तमाम ਮੰਤਰੀ तमाम ਵਿਧਾਇਕ ਜਿਹੜੇ ਕਿਹਾਂ ਉਹਨਾਂ ਨੂੰ ਚੰਡੀਗੜ੍ਹ ਆਣ ਦੀ ਲੋੜ ਨਹੀਂ ਹੈ ਉਹ ਉਦੋਂ ਹੀ ਆਣ ਜਦੋਂ ਕੋਈ ਕੰਮ ਹੋਏ ਜ਼ਿਆਦਾਤਰ ਉਹ ਆਪਣੇ ਹਲਕਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਰਹਿਣ ਤਾਂ ਕਿ ਲੋਕਾਂ ਦੀ ਸਮੱਸਿਆ ਉੱਥੇ ਉਹਨਾਂ ਵੱਲੋਂ ਸੁਣੀ ਜਾਵੇ ਹੁਣ ਜਿਹੜਾ ਇੱਕ ਵਾਰੀ ਜਦੋਂ ਸਰਕਾਰ ਬਣੀ ਸੀਗੀ ਉਦੋਂ ਵੀ ਕਿਹਾ ਗਿਆ ਉਸ ਤੋਂ ਬਾਅਦ باوجود ਜਿਹੜਾ ਕਿ ਹੈ ਦੁਬਾਰਾ ਇਸ ਸੀਜ਼ਨ ਨੂੰ ਜਿਹੜਾ ਕਿ ਦੁਹਰਾਇਆ ਵੀ ਗਿਆ বারবার রিমাইন্ডার ਵੀ ਦਿੱਤੇ ਗਏ ਕਿ ਜਿਹੜੇ ਅਫਸਰ ਨੇ ਉਹ ਪਿੰਡਾਂ ਦੇ ਵਿੱਚ ਜਾਣ ਤਾਂ ਪਿੰਡਾਂ ਦੇ ਵਿੱਚ ਜਾ ਕੇ ਰਿਪੋਰਟ ਜਿਹੜੀ ਕੀ ਹੈ ਉਹ ਲਈ ਜਾਵੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਮੱਸਿਆ ਨੂੰ ਜਿਹੜਾ ਕੀ ਹੈ ਜਾਣਿਆ ਜਾਵੇ ਲੇਕਿਨ ਉਸ ਦੇ باوجود ਕੁਝ ਇਨਪੁਟਸ ਕਿਤਨੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਰਹੇ ਸੀਗੇ ਕਿ ਜਿਹੜੇ ਅਫਸਰ ਨੇ ਜਾਂ ਫਿਰ ਕਿਹਾ ਜਾਵੇ ਕੁਝ ਵਿਧਾਇਕ ਨੇ ਕੁਝ ਮੰਤਰੀ ਨੇ ਜਿਹੜੇ ਕਿ ਆਪਣੇ ਹਲਕਿਆਂ ਦੇ ਵਿੱਚ ਆਪਣੇ ਲੋਕਾਂ ਤੱਕ ਨਹੀਂ ਪਹੁੰਚ ਰਹੇ ਕਿਉਂਕਿ ਜੇਕਰ ਸਰਕਾਰ ਬਣੀ ਹੈ ਤਾਂ ਲੋਕਾਂ ਦੀ ਸਮੱਸਿਆਵਾਂ ਕੀ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ ਉਸ ਦੇ ਲਈ ਗਰਾਉਂਡ ਜ਼ੀਰੋ ਤੇ ਉਤਰਨਾ ਪਏਗਾ ਸਰਕਾਰ ਨੂੰ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਪਹਿਲਾਂ ਕਿਹਾ ਵੀ ਗਿਆ ਸੀਗਾ ਹੁਣ ਜਿਹੜਾ ਕੀ ਹੈ ਅੱਜ ਇੱਕ ਰਿਪੋਰਟ ਜਿਹੜੀ ਕਿ तमाम ਅਫਸਰਾਂ ਤੋਂ ਮੰਗਾ ਲਈ ਗਈ ਹੈ ਹਰ ਮਹਿਕਮੇ ਤੋਂ ਇਹ ਰਿਪੋਰਟ ਜਿਹੜੀ ਕਿ ਮੰਗਾਈ ਗਈ ਹੈ ਕਿ ਕਿਹੜੇ ਅਫਸਰ ਵੱਲੋਂ ਕਦੋਂ ਦੌਰਾ ਕੀ ਕੀਤਾ ਗਿਆ ਕਿਉਂਕਿ ਸਾਫ਼ ਤੌਰ ਤੇ ਕਿਹਾ ਜਾਵੇ ਕਿ ਲੋਕਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਜਦੋਂ ਗਰਾਊਂਡ ਜ਼ੀਰੋ ਤੇ ਉਤਰਿਆ ਜਾਊਗਾ ਉਦੋਂ ਹੀ ਇਹ तमाम ਸਮੱਸਿਆਵਾਂ ਦਾ ਸਮਾਧਾਨ ਹੋ ਸਕਦਾ ਹੈ ਅਸਲੀ ਪ੍ਰੋਬਲਮਸ ਕੀ ਹੈ ਗਰਾਊਂਡ ਦੇ ਨਾਲ ਜੁੜੀ ਹੋਈ ਪ੍ਰੋਬਲਮਸ ਕੀ ਹੈ ਉਹ ਪ੍ਰੋਬਲਮਸ ਨੂੰ ਜਾਣਨ ਦੇ ਲਈ ਅਫਸਰਾਂ ਨੂੰ ਗਰਾਊਂਡ ਲੈਵਲ ਤੇ ਜਾਣਾ ਹੀ ਹੋਏਗਾ ਤੇ ਉਸ ਦੇ ਲਈ ਕਦੋਂ ਇਹ ਅਫਸਰ ਜਿਹੜੇ ਕਿ ਆ ਗਰਾਉਂਡ ਜ਼ੀਰੋ ਤੇ ਉਤਰੇ ਮੰਤਰੀਆਂ ਵੱਲੋਂ ਕਿੰਨੋਂ ਕੇ ਜ਼ਿਆਦਾ ਐਕਟੀਵਿਟੀ ਜਿਹੜੀ ਕਿ ਆਪਣੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਦਿਖਾਈ ਗਈ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਕਿ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਰਾ ਵੱਲੋਂ ਮੰਗੀ ਗਈ ਹੈ तमाम ਅਫਸਰਾਂ ਨੂੰ ਇਹ ਸਾਫ਼ ਤੌਰ ਤੇ ਹਦਾਇਤ ਦਿੱਤੀ ਗਈ ਹੈ ਕਿ ਆਪਣੇ ਆਪਣੇ ਵਿਭਾਗ ਦੇ ਦੀ ਕੰਸਰਨਡ ਰਿਪੋਰਟ ਜਿਹੜੀ ਕਿ ਉਹ ਦਿੱਤੀ ਜਾਵੇ ਕਿ ਕਦੋਂ ਪਿੰਡਾਂ ਦਾ ਕਦੋਂ ਹਲਕਿਆਂ ਦਾ ਦੌਰਾ ਜਿਹੜਾ ਕਿ ਕੀਤਾ ਗਿਆ ਲੋਕਾਂ ਦੇ ਨਾਲ ਗੱਲਬਾਤ ਕਦੋਂ ਕੀਤੀ ਗਈ ਤੇ ਜਦੋਂ ਦौरा ਕੀਤਾ ਵੀ ਗਿਆ ਉਸ ਦੇ ਵਿੱਚ ਕਿੰਨੇ ਕੁ ਸਮੱਸਿਆਵਾਂ ਜਿਹੜੀਆਂ ਕਿ ਸਾਹਮਣੇ ਆਈਆਂ ਜਿਨ੍ਹਾਂ ਦਾ ਸਮਾਧਾਨ ਕਰਨਾ ਜ਼ਰੂਰੀ ਹੋਏਗਾ ਤੇ ਉਹਨਾਂ ਦਾ ਨਪਟਾਰਾ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਇਹਨਾਂ तमाम ਚੀਜ਼ਾਂ ਦੇ ਉੱਪਰ ਜਿਹੜਾ ਕੀ ਹੈ ਚਾਰਣਾ ਪਾਇਆ ਜਾਊਗਾ ਇਸ ਰਿਪੋਰਟ ਦੇ ਵਿੱਚ ਜੋ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾ ਵੱਲੋਂ ਮੰਗੀ ਗਈ ਹੈ ਜੀ ਅਨਮੋਲ ਜੇਕਰ ਅਫਸਰ ਜੋ ਨੇ ਇਸ ਰਿਪੋਰਟ ਦੇ ਮੁਤਾਬਿਕ ਖਰੇ ਨਹੀਂ ਉਤਰ ਪਾਉਂਦੇ ਤਾਂ ਉਹਨਾਂ ਤੇ ਕੋਈ ਕਾਰਵਾਈ ਦੀ ਉਮੀਦ ਹੈ ਜੇ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਰਿਪੋਰਟ ਮੰਗੀ ਗਈ ਹੈ ਸਭ ਤੋਂ ਪਹਿਲਾ ਇਹ ਬਿਉਰਾ ਲਿਆ ਜਾਊਗਾ ਕਿ ਜਿਹੜੇ ਅਫਸਰ ਨੇ ਕੀ ਉਹ ਹਲਕਿਆਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਲੋਕਾਂ ਦੀ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਜਾਂ ਨਹੀਂ ਜੇਕਰ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਵੀ ਜਿਹੜੀ ਕਿ ਹੈ ਜ਼ਰੂਰ ਕੀਤੀ ਜਾਊਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਸਰਕਾਰ ਜਿਹੜੀ ਕਿ ਉਹ ਚੰਡੀਗੜ੍ਹ ਤੋਂ ਨਹੀਂ ਚੱਲੂਗੀ ਸਰਕਾਰ ਜਿਹੜੀ ਕਿ ਹੈ ਉਹ ਪਿੰਡਾਂ ਦੇ ਵਿੱਚੋਂ ਚੱਲੂਗੀ ਲੋਕਾਂ ਦੇ ਨਾਲ ਜੁੜੀ ਹੋਈ ਲੋਕਾਂ ਦੀ ਸਰਕਾਰ ਹੈ ਤਾਂ ਲੋਕਾਂ ਨੂੰ ਸਮਰਪਿਤ ਕਰਕੇ ਹੀ ਜਿਹੜਾ ਕਿ ਹੈ ਉਹਨਾਂ ਦੀ ਸਮੱਸਿਆਵਾਂ ਜਿਹੜੀ ਕਿ ਜਾਣੀ ਜਾ ਸਕ ਦੀ ਹੈ ਤਾਂ ਗਰਾਊਂਡ ਲੈਵਲ ਤੇ ਜੇਕਰ ਕੋਈ ਅਫਸਰ ਨਹੀਂ ਉਤਰਿਆ ਜੇਕਰ ਕੋਈ ਵਿਧਾਇਕ ਜੇਕਰ ਕੋਈ ਮੰਤਰੀ ਨਹੀਂ ਉਤਰਿਆ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਜਿਹੜੀ ਕੀ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਸਰਕਾਰ ਦੇ ਵੱਲੋਂ ਸਮਾਂ ਸੀਮਾ ਕੋਈ ਨਿਰਧਾਰਤ ਕੀਤੀ ਗਈ ਹੈ ਇਸ ਰਿਪੋਰਟ ਨੂੰ ਦੇਣ ਦੇ ਲਈ ਜੇ ਬਿਲਕੁਲ ਦੇਖੋ ਕਿਸੇ ਤਰੀਕੇ ਦੀ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਲੇਕਿਨ ਸਾਫ ਤੌਰ ਤੇ ਇਹ ਕਿਹਾ ਗਿਆ ਕਿ ਜਲਦ ਅਰਜੈਂਟ ਬੇਸਿਸ ਤੇ ਇਹ ਰਿਪੋਰਟ ਜਿਹੜੀ ਕੀ ਹੈ ਅਫਸਰਾ ਵੱਲੋਂ ਪੇਸ਼ ਕੀਤੀ ਜਾਵੇ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਪਿੰਡਾਂ ਦੇ ਮੁੱਦੇ ਜੋ ਹੁੰਦੇ ਨੇ ਉਹ ਅਸਲ ਮੁੱਦੇ ਨੇ ਜਿਸ ਨੂੰ ਸੁਲਝਾਉਣ ਦੀ ਲੋੜ ਹੈ ਸਰਕਾਰ ਨੂੰ ਲੋੜ ਹੈ ਉਹਨਾਂ ਮੁੱਦਿਆਂ ਤੇ ਕੰਮ ਕਰਨ ਦੀ ਜਿਸ ਦੇ ਲਈ ਸੀਐਮ ਮਾਨ ਦੇ ਵੱਲੋਂ ਇਹ ਐਲਾਨ ਪਹਿਲਾਂ ਤੋਂ ਹੀ ਕੀਤਾ ਗਿਆ ਸੀ ਕਿ ਸਰਕਾਰ ਪਿੰਡਾਂ ਤੋਂ ਚਲਾਈ ਜਾਵੇਗੀ ਜੇ ਬਿਲਕੁਲ ਦੇਖੋ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਜਦੋਂ ਲੋਕਾਂ ਦਾ ਵਿਸ਼ਵਾਸ ਦਿੱਤਿਆ ਗਿਆ ਜਦੋਂ ਇਹ ਸਰਕਾਰ ਬਣਦੀ ਹੈ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਫ਼ ਤੌਰ ਤੇ ਇਹ ਚੀਜ਼ ਕਹੀ ਗਈ ਸੀ ਕਿ ਜਿਹੜੇ ਲੋਕਾਂ ਦੇ ਨਾਲ ਜੁੜੀ ਹੋਈ ਸਮੱਸਿਆਵਾਂ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਊਗੀ ਉਹ ਸਮੱਸਿਆਵਾਂ ਉਦੋਂ ਹੀ ਜਾਣੀ ਜਾਣਗੀਆਂ ਜਦੋਂ ਗਰਾਊਂਡ ਲੈਵਲ ਤੇ ਉਤਰਦੇ ਅਫਸਰ ਉਸ ਤੋਂ ਬਾਅਦ ਜੇਕਰ ਜਦੋਂ ਹਦਾਇਤ ਦੇਣ ਤੋਂ ਬਾਵਜੂਦ ਜੇਕਰ ਅਫਸਰ ਨਹੀਂ ਜਾ ਰਹੇ ਗਰਾਊਂਡ ਲੈਵਲ ਤੇ ਤਾਂ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਵੀ ਜੜੀ ਕਿ ਹੁਣ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਇਸ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਜੋਨ ਮੋਲੇ ਵੀ ਕਹਿ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਜੋ ਇਹ ਮੰਤਰੀ ਨੇ ਵਿਧਾਇਕ ਨੇ ਜੋ ਕਿ ਸਾਨੂੰ ਗਰਾਊਂਡ ਲੈਵਲ ਤੇ ਜਾਂਦੇ ਹੋਏ ਦਿਖਾਈ ਵੀ ਦਿੱਤੇ ਨੇ ਲੋਕਾਂ ਚ ਪਹੁੰਚ ਕਰਕੇ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਇਹ ਤਾਂ ਕਿਤੇ ਨਾ ਕਿਤੇ ਜੋ ਮਾਨ ਸਰਕਾਰ ਦੀ ਹਦਾਇਤ ਸੀਗੀ ਉਸ ਤੇ ਅਮਲ ਹੁੰਦਾ ਹੋਇਆ ਵੀ ਅਸੀਂ ਦੇਖਿਆ ਹੈ ਜੀ ਬਿਲਕੁਲ ਦੇਖੋ ਜੋ ਹਿਦਾਇਤ ਸੀਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਦਿੱਤੀ ਗਈ ਸੀਗੀ ਇਹ ਹਿਦਾਇਤ ਤਾਂ ਉਸ ਦੇ ਉੱਪਰ ਅਮਲ ਤਾਂ ਜ਼ਰੂਰ ਕੀਤਾ ਗਿਆ ਲੇਕਿਨ ਕਿੰਨਾ ਕਿੰਨੇ ਕਿੰਨੇ ਮੰਤਰੀਆਂ ਵੱਲੋਂ ਕਿੰਨੇ ਵਿਧਾਇਕਾਂ ਵੱਲੋਂ ਕਿੰਨੇ ਅਫਸਰਾਂ ਵੱਲੋਂ ਅਮਲ ਕੀਤਾ ਗਿਆ ਕਿੰਨਿਆਂ ਵੱਲੋਂ ਇਸ ਚੀਜ਼ ਦੇ ਉੱਪਰ ਅਮਲ ਨਹੀਂ ਕੀਤਾ ਗਿਆ ਉਸ ਚੀਜ਼ ਨੂੰ ਲੈ ਕੇ ਖਾਸ ਤੌਰ ਤੇ ਰਿਪੋਰਟ ਜਿਹੜੀ ਕੀ ਹੈ ਉਹ ਮੰਗੀ ਗਈ ਹੈ ਜੀ ਮਾਨ ਸਰਕਾਰ ਜੋ ਹੈ ਉਹ ਲਗਾਤਾਰ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਦੀ ਵੀ ਦਿਖਾਈ ਦੇ ਰਹੀ ਹੈ ਕਿ ਤਨਾ ਕਿਤੇ ਜਦੋਂ ਇਹ ਰਿਪੋਰਟ ਵੀ ਸੌਂਪੀ ਜਾਵੇਗੀ ਤਾਂ ਸਪਸ਼ਟ ਹੋ ਜਾਵੇਗਾ ਕਿ ਕਿੱਥੇ ਕਿੱਥੇ ਕੰਮ ਹੋਇਆ ਹੈ ਕਿੰਨਾ ਅਫਸਰਾਂ ਨੇ ਕੰਮ ਕੀਤਾ ਹੈ ਤੇ ਕਿਹੜੀ-ਕਿਹੜੀ ਮੁਸ਼ਕਲ ਹੈ ਜੋ ਲੋਕਾਂ ਦੀ ਸੁਣੀ ਗਈ ਹੈ ਕਿਹੜੇ ਮੁੱਦੇ ਨੇ ਜੋ ਸੁਨੇ ਗਏ ਨੇ ਜੀ ਬਿਲਕੁਲ ਦੱਸ ਦਗੇ ਕਿ ਮਾਨ ਸਰਕਾਰ ਦੇ ਵੱਲੋਂ ਰਿਪੋਰਟ ਜੋ ਹੈ ਉਹ ਮੰਗੀ ਗਈ ਹੈ ਅਨਮੋਲ ਸਾਡੇ ਨਾਲ ਜੁੜਨ ਲਈ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ